अमृतसर विखे कबीर पार्क नज़दीक पुरानी चुंगी दे कोल गुंडागर्दी दा नंगा नाच। पत्रकारां नूं जानकारी दिंदिया सुच्चा सिंह ने दस्सिया है कि वह अपना स्विमिंग पूल चलाउंदा है। अज उत्थे उन्हां दे साथी ने आके उन्हां नाल कुटमार कीती, जिस दी वजह सुच्चा सिंह ने आख्या कि जब उन्हां ने उन्हां दे मने समीर तो पैसे मंगे तां समीर ने गुंडागर्दी की। उधर जब समीर नाल पत्रकारां नाल गलबात की तां समीर ने आख्या कि इन्हां नूं कोई गलत फहमी है, होर किसी ने पुरानी रंजिश की है अते दोनों तीरां दे पुलिस प्रशासन तो इंसाफ की मांग की गई। चौंकी इंचार्ज महेश सिंह ने दस्या कि सुच्चा सिंह दे बयानां ते बनदी कार्रवाई की जाएगी। ब्यूरो दी रिपोर्ट, लाइव भारत। समीर नाम मेरा। समीर जी कितने नौन गए थे? यूनिवर्सिटी पुल दे सम लागे ही है पूल। की गल झगड़ा करी गए? हाँ जी असी नहाने गए दो जने तो ठीक है। आपां पहला नूं देते मतलब नहा नूं असी बाहर आए ना जरों क्योंकि सारा साडा भरा ही हो गया। आपां बाहर आए तो उन्होंने आपां देते 50 रुपये पहला, 50 आपां बाकी देने इहनूं होर। तो मैं मोटरसाइकिल ते लैण गया, उहदे कोल साडा मोबाइल भी ते घड़ी भी उहदे कोल हैगी। ठीक है मैं गया बाहर लैण ते इहनूं कहिंदा तूं उहनूं 50 दित्ता वा, उहदे कोल पैसा लै गया कहिंदा दे रहिंदे आ। तो वह थोड़ा औखा आ गया आपां च आ। उस तो बाद ना इन्हां ने ना एक मजदूर भी काम करता ना को देख के ना दा डैडी शायद कौन है मतलब नहीं पता। तो उन्होंने कुंडी ला ली बाहरों सानू दोवां नू ना मतलब वाह कुटे ताला मारता ही अंदर। ठीक है फिर आपां एक कुछ हाथ भी नहीं चुकया। ठीक है खादियाँ है ना जी सट्टा लगे कि लगे वो आप कुछ नहीं कह सकते। अपर सीधा आप पुलिस को फोन किया, पुलिस सानू लै गई है मुलाया कराना। आप उस टाइम आप गए सिविल हॉस्पिटल ਜਿਹੜਾ ਮੁੰਡਾ ਸੱਟਾਂ ਲੱਗੀਆਂ ਜਿੰਨਾਂ ਦੇ ਉਹ ਕਹਿੰਦੇ ਵੀ ਜਾਣਦੇ ਆ ਮੁੰਡੇ ਜਿਹੜੇ ਨੌਣ ਆਏ ਸੀ ਨਾ ਤੁਹਾਡੇ ਨਾਂ ਦਾ ਪਤਾ ਕਿਉਂ ਉਹਨਾਂ ਨੇ ਲਵਾਈਆਂ ਸੱਟਾਂ ਮੁੰਡੇ ਇੱਧਰ ਹੈ ਭਾਈ ਆਪਾਂ ਜਿਹੜਾ ਮਰਜ਼ੀ ਨਾਂ ਲੈ ਲਾਂਗੇ ਜੋ ਹਾਜ਼ਰ ਆ ਉਹਦੇ ਆਪਾਂ ਗੱਲ ਕਰ ਸਕਦੇ ਹਾਂ। ਇੱਧਰ ਹੈ ਲੱਗੀਆਂ ਸੱਟਾਂ ਆ ਸਾਡੇ ਆ ਵੇਖੋ ਇੱਥੇ ਲੱਗੀ ਭਰਾ ਦੇ ਉਹ ਪਿੱਛੇ ਪਿੱਛੇ ਵੀ ਲੱਗੀ ਰਹੇ ਉਂਗਲ ਫੈਕਚਰ ਵੀ ਸਾਡੇ ਅੰਦਰਲੇ ਸੱਟ ਲੱਗੀ ਹੁਣ ਉਹਨਾਂ ਦੇ ਸੱਟ ਲੱਗੇ ਉਹ ਕੌਣ ਹੈਗੇ ਨੇ ਸਾਰਾ ਉਹਦੀ ਆਪਾਂ ਕੁਛ ਨਹੀਂ ਕਹਿ ਸਕਦੇ। ਉਹ ਝਗੜਾ ਤੁਹਾਡੇ ਨਾਲ ਹੋਇਆ ਪਹਿਲਾਂ ਝਗੜਾ ਭਾਈ ਹੁਣ ਕਿਹੜਾ ਪੁਰਾਣੀ ਖੁੰਦਾ ਧੋਏ ਨਾਲ ਕਿੰਨੇ ਜਣੇ ਆਂਦੇ ਉੱਥੇ ਨਹਾਉਣ ਉੱਥੇ ਜਿੱਥੇ ਆਪਾਂ ਗੱਲ ਹੁੰਦੇ ਤਾਂ 50 ਮੁੰਡਾ ਖੜਾ ਹੈ ਉੱਥੇ ਕੀ ਪਤਾ ਕਿੰਨੇ ਖੁੰਦਾ ਕੱਢੀ ਆਪਾਂ ਉੱਥੇ ਉਸ ਟਾਈਮ ਆ ਗਏ ਇੱਥੇ ਕੈਮਰਾ ਵੀ ਲੱਗਾ ਸਭ ਚੈੱਕ ਹੋ ਜਾਏ ਕੌਣ ਗਿਆ ਕੌਣ ਨਹੀਂ। ਮੰਗ ਸਾਨੂੰ ਆਪਾਂ ਨਾ ਦਰਖਾਸਤ ਦਿੱਤੀ ਹੈ ਜੋ ਸਾਡੇ ਸਾਹਿਬ ਆਪਾਂ ਉਹੀ ਕਰ ਲਾਂਗੇ ਜਾਂ ਰਾਜੀਨਾਮਾ ਜੋ ਵੀ ਹੈ ਰਾਜੀਨਾਮਾ ਤਾਂ ਹੋ ਹੀ ਗਿਆ ਵੈਸੇ ਆਈ ਕਿ ਸਾਨੂੰ ਨਜਾਇਜ਼ ਕੁੱਟਿਆ ਸਾਨੂੰ ਨਜਾਇਜ਼ ਹੋਇਆ ਜੀ। ਹਾਂਜੀ ਕੀ ਨਾਮ ਜੀ ਬਾਬਾ ਜੀ ਤੁਹਾਡਾ? ਸੁੱਚਾ ਸਿੰਘ। ਕੀ ਗੱਲ ਹੋਈ ਜੀ ਝਗੜਾ ਹੈ ਤੁਹਾਡਾ? ਝਗੜਾ ਕਿ ਪੂਰੀ ਸਾਡਾ ਛੋਟਾ ਜਿਹਾ ਅਤੇ ਉੱਥੇ ਨਿੱਕੇ ਬੱਚੇ ਨਹਾਉਣਾ ਅਤੇ ਕਈ ਵਾਰ ਵੱਡੇ ਵੀ ਆ ਜਾਂਦੇ ਵਿੱਚ ਅਤੇ ਮੁੰਡਾ ਸਾਡੇ ਕੋਲ ਰਹਿੰਦਾ ਪੜ੍ਹਦਾ ਸਾਡੇ ਮਿਸਤਰੀ ਦਾ ਮੁੰਡਾ ਅਤੇ ਇਹਨੇ ਇਹਦੇ ਨਾਲ ਝਗੜ ਪਏ ਕੋਈ ਪੈਸੇ ਪੂਹੇ ਖੋਣ ਪਏ ਲੜੇ ਅਤੇ ਮੁੜ ਕੇ ਮੈਨੂੰ ਉਹਨੇ ਆਵਾਜ਼ ਮਾਰੀ ਉੱਤੋਂ ਮੈਂ ਸੁੱਤਾ ਹਾਂ ਵੀ ਮੇਰੇ ਮੁੰਡੇ ਨੇ ਮਜ਼ਦੂਰ ਇੱਕ ਲੱਗਾ ਵੀ ਉਹਨੂੰ ਗਲ ਪੈ ਗਏ ਨੇ ਅਤੇ ਮੈਂ ਥੱਲੇ ਆਇਆ ਅਤੇ ਉਹ ਮੁੰਡੇ ਇਹਨੂੰ ਧੱਕਾ ਧੁੱਕਾ ਮਾਰ ਕੇ ਭੱਜੇ ਲੱਗੇ ਅਤੇ ਭੱਜਣ ਲੱਗੇ ਉਹਨੂੰ ਫੜਿਆ ਸੀ ਮੁੜ ਕੇ ਉਹ ਚਲੇ ਗਏ ਅਤੇ ਫਿਰ ਉਹਨਾਂ ਨੇ ਆਉਣ ਕੇ ਤੇਜ਼ ਧਾਰਾਂ ਨਾਲ ਬੰਦੇ 8-10 ਲੈ ਕੇ ਆਏ ਅਤੇ ਉਹਨੇ ਸਾਨੂੰ ਹਮਲਾ ਕੀਤਾ ਸਾਡੇ 'ਤੇ ਅਤੇ ਵੱਢ ਕੱਟ ਕੀਤੀ ਸਾਡੇ ਨੱਕ 'ਤੇ ਸੱਟ ਲੱਗੀ ਸਿਰ 'ਤੇ ਲੱਗੀ। ਜਿਹੜਾ ਮੁੰਡਾ ਤੁਹਾਡੇ ਕੰਮ ਕਰਦਾ ਕੀ ਨਾਮ ਸੀ? ਉਹਦਾ ਨਾਂ ਹੈਗਾ ਜੀ ਜਗਰੂਪ ਸਿੰਘ। ਤੁਹਾਡਾ ਨਾਮ ਕੀ ਹੈ? ਸੁੱਚਾ ਸਿੰਘ। ਉਸ ਤੋਂ ਬਾਅਦ ਫਿਰ ਜਦੋਂ ਕਿਹੜੇ ਹਥਿਆਰਾਂ ਤੁਹਾਡੇ ਹਮਲਾ ਕੀਤਾ? ਦਾਤਰ ਨਾਲ ਮੇਰਾ ਦਾਤਰ ਮਾਰਿਆ ਉਹਨਾਂ ਨੇ ਆਣ ਕੇ। ਪਹਿਲੇ ਮੁੰਡੇ ਆਉਂਦੇ ਰਹੇ ਨੌਣ 'ਤੇ? ਪਹਿਲਾਂ ਹੀ ਮੈਨੂੰ ਤਾਂ ਨਹੀਂ ਇੰਨਾ ਪਤਾ ਤਾਂ ਇਸੇ ਮੁੰਡੇ ਨੂੰ ਪਤਾ ਉਹ ਆਉਂਦੇ ਸੀ ਪਹਿਲਾਂ ਬਾਹਰ ਬੰਨਿਆ ਹੈਗਾ ਹਸਪਤਾਲ ਵਾਲਿਆਂ ਦਾ ਜਾਂ ਲਾਗੇ ਦੁਕਾਨ ਵਾਲੇ ਸਾਡੇ ਨਹੀਂ ਮੰਗ ਅਸੀਂ ਇਨਸਾਫ ਮੰਗਣਾ ਸੀ ਕਿ ਮੰਗਣਾ ਵੀ ਇਹੋ ਜਿਹੇ ਕਾਰਨਾਮੇ ਇਹ ਗੁੰਡਾਗਰਦੀ ਨਾ ਕਰਨਗੇ ਲੋਕ। ਇੱਥੇ ਸਵਿਮਿੰਗ ਪੂਲ 'ਤੇ ਕੋਈ ਝਗੜਾ ਆਇਆ ਪਹਿਲਾਂ ਮਾਮੂਲੀ ਇਹਨਾਂ ਦਾ ਮੁੰਡਿਆਂ ਦਾ ਸਵਿਮਿੰਗ ਪੂਲ ਦੇ ਮਾਲਕ ਨਾਲ, ਉਦੋਂ ਬਾਅਦ 'ਚ ਇਹਨਾਂ ਨੇ ਮੁੰਡਿਆਂ ਨੇ ਜਾ ਕੇ ਉਹਦੇ ਸੱਟ ਸੁੱਟ ਲਾਈ ਹੈ ਕੋਈ ਉਹ ਡਾਂਟ ਦਿੱਤਾ ਵਾ ਜੋ ਮੈਡੀਕਲ ਰਿਪੋਰਟ ਆਊ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊ। ਸੁੱਚਾ ਸਿੰਘ ਦੇ ਲੱਗੀ ਸੱਟ ਨੱਕ 'ਤੇ ਅਤੇ ਸਿਰ 'ਚ ਨਹੀਂ ਉਹਨਾਂ ਦੇ ਕੋਈ ਹੈ ਨਹੀਂ ਸੱਟ ਖਾਸ ਕੋਈ ਰਗੜ ਜੀ ਜਾਂ ਮੋਟੇ 'ਤੇ ਲੱਗੀ ਹੋਈ ਸੀ ਸੀ ਟੀ ਵੀ ਲੱਗੀ ਹੈ ਸੀ ਸੀ ਟੀ ਵੀ ਵੇਖਾਂਗੇ ਸਾਰਾ ਕੁਝ ਤਕਨੀਕ ਕਰਕੇ ਉਹਦੇ ਮੁਤਾਬਕ ਕਾਰਵਾਈ ਕਰਾਂਗੇ।